ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਸ਼ਾਤਰ ਲੁਟੇਰਾ ਜੋ ਆਪਣੀ ਨਵੀਂ ਨਕੋਰ ਗੱਡੀ ਨੂੰ ਪਹਿਲਾਂ ਪੈਟਰੋਲ ਪੰਪ ਤੇ ਲੈ ਕੇ ਆਉਂਦਾ, ਗੱਡੀ ਦੀ ਟੈਂਕੀ ਪੈਟਰੋਲ ਨਾਲ ਫੁੱਲ ਕਰਾਉਂਦਾ ਤੇ ਫਰਾਰ ਹੋ ਜਾਂਦਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ। ਤਸਵੀਰਾਂ 'ਚ ਦੇਖਿਆ ਜਾ ਸਕਦਾ ਕਿ ਦੇਰ ਰਾਤ ਇਹ ਵਿਅਕਤੀ ਆਪਣੀ ਗੱਡੀ ਪੈਟਰੋਲ ਪੰਪ ਤੇ ਲੈ ਕੇ ਆਉਂਦਾ, ਪੈਟਰੋਲ ਭਰਵਾਉਂਦਾ ਤੇ ਜਿਵੇਂ ਹੀ ਟੈਂਕੀ ਫੁੱਲ ਹੁੰਦੀ ਹੈ ਤਾਂ ਗੱਡੀ ਨੂੰ ਸੜਕ ਵੱਲ ਮੋੜ ਲੈਂਦਾ। ਹਾਲਾਂਕਿ ਪੈਟਰੋਲ ਪੰਪ ਦਾ ਕਰਿੰਦਾ ਇਸ ਗੱਡੀ ਵਾਲੇ ਦਾ ਪਿੱਛਾ ਕਰਦਾ, ਪਰ ਕਾਰ ਡਰਾਈਵਰ ਗੱਡੀ ਭਜਾ ਕੇ ਲੈ ਜਾਂਦਾ। ਪੈਟਰੋਲ ਪੰਪ ਦੇ ਕਰਿੰਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਨੇ 2500 ਦਾ ਪੈਟਰੋਲ ਪਵਾਇਆ ਤੇ ਉਸਨੂੰ ਕਹਿੰਦਾ ਕਿ ਮੇਰਾ ਮਾਲਕ ਆ ਰਿਹਾ ਜੋ ਪੈਸੇ ਦੇਵੇਗਾ, ਮੈਂ ਗੱਡੀ ਮੋੜ ਲੈਂਦਾ। ਤੇ ਜਿਵੇਂ ਹੀ ਉਸਨੇ ਗੱਡੀ ਮੋੜੀ ਤਾਂ ਉਸਨੇ ਇਸ ਗੱਡੀ ਦਾ ਪਿੱਛਾ ਕੀਤਾ, ਜਿਸ ਕਾਰਨ ਉਸਦੇ ਹੱਥ ਤੇ ਵੀ ਸੱਟ ਲੱਗੀ। ਇਹ ਗੈਂਗ ਚੰਡੀਗੜ੍ਹ 'ਚ ਐਕਟਿਵ ਹੈ ਜੋ ਲੇਟ ਨਾਈਟ ਪੈਟਰੋਲ ਪੰਪਾਂ ਤੇ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾਉਂਦਾ ਤੇ ਫਰਾਰ ਹੋ ਜਾਂਦਾ। ਤੇ ਹੁਣ ਇਹ ਮਾਮਲਾ ਸਾਹਮਣੇ ਆਇਆ ਖਰੜ ਦੇ ਪੈਟਰੋਲ ਪੰਪ ਤੋਂ, ਜਿੱਥੇ ਇਸ ਲੁਟੇਰੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੁਮਿਤ ਨਾਮ ਸਰ, ਕੀ ਗੱਲ ਹੋਈ ਸੀ? ਸਰ ਰਾਤੀ ਇੱਕ ਬੰਦਾ ਤੇਲ ਪਾਉਣ ਆਇਆ ਸੀ ਜੀ, ਉਹ 2500 ਦਾ ਤੇਲ ਪਾਇਆ ਜੀ ਉਹਨੇ, ਫਿਰ ਜੀ ਕਹਿੰਦੇ ਕੀ ਕਹਿੰਦੇ ਉਹ ਬਾਹਰ ਆਇਆ ਜੀ, ਕੱਢ ਕੇ ਬਾਹਰ ਆ ਗਿਆ। ਉਹ ਬਾਹਰ ਆ ਕੇ ਚਾਰੇ ਪਾਸੇ ਦੇਖ ਰਿਹਾ ਸੀ ਜੀ, ਫਿਰ ਉਹ ਕਹਿੰਦਾ ਮੇਰਾ ਮਾਲਕ, 2500 ਦਾ ਤੇਲ ਪੈ ਗਿਆ, ਉਹ ਕਹਿੰਦਾ ਮੇਰਾ ਮਾਲਕ ਆ ਕੇ ਪੇਮੈਂਟ ਕਰੂਗਾ, ਮੈਂ ਗੱਡੀ ਆ ਕੇ ਕਰ ਲਵਾਂ। ਇਸ ਬੰਦੇ ਦੇ ਮੀਟਰ ਦੀ ਗੱਲ ਸੀ ਇਹ ਜਿਹੜਾ ਖੜਾ ਮੇਰੇ ਨਾਲ, ਮੈਂ ਆਪਣੇ ਮੀਟਰ 'ਤੇ ਤੇਲ ਪਾ ਰਿਹਾ ਸੀ ਜੀ ਪਿੱਛੇ, ਫਿਰ ਮੇਰਾ ਤੇਲ ਪੈ ਗਿਆ, ਫਿਰ ਮੈਂ ਅੱਗੇ ਆ ਗਿਆ। ਅਤੇ ਇਹ ਮੈਨੂੰ ਪੁੱਛਿਆ ਵੀ ਬੰਦਾ ਮਤਲਬ ਮਾਲਕ ਨੂੰ ਬੁਲਾ ਰਿਹਾ ਇਹ ਪੇਮੈਂਟ ਕਰਾਉਣ ਨੂੰ, ਗੱਡੀ ਅੱਗੇ ਕਰਾਵਾਂ ਜਾਂ ਨਹੀਂ, ਮੈਂ ਕਿਹਾ ਉਰੇ ਰਹਿਣ ਦੇ। ਫਿਰ ਉਹ ਕਹਿੰਦਾ ਮੈਂ ਅੱਗੇ ਕਰ ਲਵਾਂ ਗੱਡੀ, ਮੈਂ ਕਿਹਾ ਮੈਂ ਰਹਿਣ ਤੁਸੀਂ ਉਰੇ ਹੀ। ਫਿਰ ਉਹਨੇ ਆਪੇ ਅੱਗੇ ਕਰ ਲਈ ਗੱਡੀ, ਮੈਂ ਫਿਰ ਇਹਨੂੰ ਕਿਹਾ ਜਾ ਕੇ ਗੱਡੀ ਦੇ ਕੋਲ ਖੜ ਜਾ। ਉਹਨੇ ਫਿਰ ਹੌਲੀ ਹੌਲੀ ਯੂਟਨ ਲਿਆ ਉਰੇ 'ਤੇ, ਫਿਰ ਇੱਕਦਮ ਸਪੀਡ ਬੜਾਈ, ਨਾਲੇ ਭੱਜ ਗਿਆ ਜੀ ਉਹ ਬੰਦਾ ਜੀ। ਕਿਹੜੇ ਰੰਗ ਦੀ ਗੱਡੀ ਦੀ? ਗੱਡੀ ਵਾਈਟ ਕਲਰ ਦੀ ਜੀ। ਤੁਸੀਂ ਪਿੱਛਾ ਕਰਿਆ ਕੋਈ? ਹਾਂਜੀ, ਸੁਜ਼ੂਕੀ ਵਾਲੀ ਗੱਡੀ ਸੀ। ਪਿੱਛਾ ਕਰਿਆ ਸੀ ਜੀ ਬੰਦੇ ਨੇ ਫਿਰ ਇਹ ਹੱਥ ਵੀ ਮਾਰਿਆ ਸੀ ਜੀ, ਇਹਦੇ ਥੋੜ੍ਹੀ ਜਿਹੀ ਚੋਟ ਪਹਿਲਾਂ ਸੀ ਜੀ ਲੱਗੀ ਹੋਈ, ਫਿਰ ਉਹਨੇ ਜਦੋਂ ਹੱਥ ਮਾਰਿਆ ਜੀ ਉਹ ਫਿਰ ਸੱਟ ਜ਼ਿਆਦਾ ਹੋ ਗਈ ਜੀ। ਹਾਂਜੀ, ਕੀ ਮੰਗ ਕਰਦੇ ਹੋ? ਮੰਗ ਤਾਂ ਕੁਛ ਨਹੀਂ ਜੀ, ਬੰਦਾ ਫੜਨਾ ਚਾਹੀਦਾ ਜੀ ਜੋ ਫਿਰ ਨੁਕਸਾਨ ਹੋਇਆ ਸਾਡਾ। ਤੁਸੀਂ ਦੇਖ ਲਿਆ ਮੁੰਡਾ ਕੌਣ ਸੀ? ਹਾਂਜੀ, ਫੋਟੋ ਹੈਗੀ ਹੈ ਸਾਡੇ ਕੋਲ ਜੀ ਉਹਦੀ, ਕੋਈ ਸੀਸੀਟੀਵੀ? ਸੀਸੀਟੀਵੀ ਫੋਟੋ ਇਹ 'ਚ ਫੋਟੋ ਵੀ ਹੈਗੀ ਹੈ ਜੀ, ਗੱਡੀ ਦਾ ਵੀ ਨੰਬਰ ਹੈ, ਟੈਂਪਰੇਰੀ ਨੰਬਰ ਸੀ ਜੀ, ਨਾਲੇ ਬੰਦੇ ਦੀ ਵੀ ਫੋਟੋ ਹੈ ਸਰ। ਕਿਹੜਾ ਏਰੀਆ ਪੈਂਦਾ ਇਹ? ਏਰੀਆ ਸਰ ਖਰੜਾ। ਤਸਵੀਰਾਂ 'ਚ ਨਜ਼ਰ ਆ ਰਿਹਾ ਇਹ ਵਿਅਕਤੀ ਸ਼ਾਤਰ ਲੁਟੇਰਾ ਜੋ ਆਪਣੀ ਨਵੀਂ ਨਕੋਰ ਗੱਡੀ ਨੂੰ ਪਹਿਲਾਂ ਪੈਟਰੋਲ ਪੰਪ ਤੇ ਲੈ ਕੇ ਆਉਂਦਾ, ਗੱਡੀ ਦੀ ਟੈਂਕੀ ਪੈਟਰੋਲ ਨਾਲ ਫੁੱਲ ਕਰਾਉਂਦਾ ਤੇ ਫਰਾਰ ਹੋ ਜਾਂਦਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ। ਤਸਵੀਰਾਂ 'ਚ ਦੇਖਿਆ ਜਾ ਸਕਦਾ ਕਿ ਦੇਰ ਰਾਤ ਇਹ ਵਿਅਕਤੀ ਆਪਣੀ ਗੱਡੀ ਪੈਟਰੋਲ ਪੰਪ ਤੇ ਲੈ ਕੇ ਆਉਂਦਾ, ਪੈਟਰੋਲ ਭਰਵਾਉਂਦਾ ਤੇ ਜਿਵੇਂ ਹੀ ਟੈਂਕੀ ਫੁੱਲ ਹੁੰਦੀ ਹੈ ਤਾਂ ਗੱਡੀ ਨੂੰ ਸੜਕ ਵੱਲ ਮੋੜ ਲੈਂਦਾ। ਹਾਲਾਂਕਿ ਪੈਟਰੋਲ ਪੰਪ ਦਾ ਕਰਿੰਦਾ ਇਸ ਗੱਡੀ ਵਾਲੇ ਦਾ ਪਿੱਛਾ ਕਰਦਾ, ਪਰ ਕਾਰ ਡਰਾਈਵਰ ਗੱਡੀ ਭਜਾ ਕੇ ਲੈ ਜਾਂਦਾ। ਪੈਟਰੋਲ ਪੰਪ ਦੇ ਕਰਿੰਦੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਨੇ 2500 ਦਾ ਪੈਟਰੋਲ ਪਵਾਇਆ ਤੇ ਉਸਨੂੰ ਕਹਿੰਦਾ ਕਿ ਮੇਰਾ ਮਾਲਕ ਆ ਰਿਹਾ ਜੋ ਪੈਸੇ ਦੇਵੇਗਾ, ਮੈਂ ਗੱਡੀ ਮੋੜ ਲੈਂਦਾ। ਤੇ ਜਿਵੇਂ ਹੀ ਉਸਨੇ ਗੱਡੀ ਮੋੜੀ ਤਾਂ ਉਸਨੇ ਇਸ ਗੱਡੀ ਦਾ ਪਿੱਛਾ ਕੀਤਾ, ਜਿਸ ਕਾਰਨ ਉਸਦੇ ਹੱਥ ਤੇ ਵੀ ਸੱਟ ਲੱਗੀ। ਇਹ ਗੈਂਗ ਚੰਡੀਗੜ੍ਹ 'ਚ ਐਕਟਿਵ ਹੈ ਜੋ ਲੇਟ ਨਾਈਟ ਪੈਟਰੋਲ ਪੰਪਾਂ ਤੇ ਆਪਣੀਆਂ ਗੱਡੀਆਂ ਦੀਆਂ ਟੈਂਕੀਆਂ ਫੁੱਲ ਕਰਵਾਉਂਦਾ ਤੇ ਫਰਾਰ ਹੋ ਜਾਂਦਾ। ਤੇ ਹੁਣ ਇਹ ਮਾਮਲਾ ਸਾਹਮਣੇ ਆਇਆ ਖਰੜ ਦੇ ਪੈਟਰੋਲ ਪੰਪ ਤੋਂ, ਜਿੱਥੇ ਇਸ ਲੁਟੇਰੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੁਮਿਤ ਨਾਮ ਸਰ, ਕੀ ਗੱਲ ਹੋਈ ਸੀ? ਸਰ ਰਾਤੀ ਇੱਕ ਬੰਦਾ ਤੇਲ ਪਾਉਣ ਆਇਆ ਸੀ ਜੀ, ਉਹ 2500 ਦਾ ਤੇਲ ਪਾਇਆ ਜੀ ਉਹਨੇ, ਫਿਰ ਜੀ ਕਹਿੰਦੇ ਕੀ ਕਹਿੰਦੇ ਉਹ ਬਾਹਰ ਆਇਆ ਜੀ, ਕੱਢ ਕੇ ਬਾਹਰ ਆ ਗਿਆ। ਉਹ ਬਾਹਰ ਆ ਕੇ ਚਾਰੇ ਪਾਸੇ ਦੇਖ ਰਿਹਾ ਸੀ ਜੀ, ਫਿਰ ਉਹ ਕਹਿੰਦਾ ਮੇਰਾ ਮਾਲਕ, 2500 ਦਾ ਤੇਲ ਪੈ ਗਿਆ, ਉਹ ਕਹਿੰਦਾ ਮੇਰਾ ਮਾਲਕ ਆ ਕੇ ਪੇਮੈਂਟ ਕਰੂਗਾ, ਮੈਂ ਗੱਡੀ ਅੱਗੇ ਕਰ ਲਵਾਂ। ਇਸ ਬੰਦੇ ਦੇ ਮੀਟਰ ਦੀ ਗੱਲ ਸੀ ਇਹ ਜਿਹੜਾ ਖੜਾ ਮੇਰੇ ਨਾਲ,
ਮੈਂ ਆਪਣੇ ਮੀਟਰ 'ਤੇ ਤੇਲ ਪਾ ਰਿਹਾ ਸੀ ਜੀ ਪਿੱਛੇ, ਫਿਰ ਮੇਰਾ ਤੇਲ ਪੈ ਗਿਆ, ਫਿਰ ਮੈਂ ਅੱਗੇ ਆ ਗਿਆ ਅਤੇ ਇਹ ਮੈਨੂੰ ਪੁੱਛਿਆ ਵੀ ਬੰਦਾ ਮਤਲਬ ਮਾਲਕ ਨੂੰ ਬੁਲਾ ਰਿਹਾ ਇਹ ਪੇਮੈਂਟ ਕਰਾਉਣ ਨੂੰ, ਗੱਡੀ ਅੱਗੇ ਕਰਾਵਾਂ ਜਾਂ ਨਹੀਂ, ਮੈਂ ਕਿਹਾ ਉਰੇ ਰਹਿਣ ਦੇ, ਫਿਰ ਉਹ ਕਹਿੰਦਾ ਮੈਂ ਅੱਗੇ ਕਰ ਲਵਾਂ ਗੱਡੀ, ਮੈਂ ਕਿਹਾ ਮੈਂ ਰਹਿਣ ਤੁਸੀਂ ਉਰੇ ਹੀ, ਫਿਰ ਉਹਨੇ ਆਪੇ ਅੱਗੇ ਕਰ ਲਈ ਗੱਡੀ, ਮੈਂ ਫਿਰ ਇਹਨੂੰ ਕਿਹਾ ਜਾ ਕੇ ਗੱਡੀ ਦੇ ਕੋਲ ਖੜ ਜਾ, ਉਹਨੇ ਫਿਰ ਹੌਲੀ ਹੌਲੀ ਯੂ ਟਰਨ ਲਿਆ ਉਰੇ 'ਤੇ, ਫਿਰ ਇੱਕਦਮ ਸਪੀਡ ਬੜਾਈ ਨਾਲੇ ਭੱਜ ਗਿਆ ਜੀ ਉਹ ਬੰਦਾ ਜੀ। ਕਿਹੜੇ ਰੰਗ ਦੀ ਗੱਡੀ ਦੀ? ਗੱਡੀ ਵਾਈਟ ਕਲਰ ਦੀ ਜੀ। ਤੁਸੀਂ ਪਿੱਛਾ ਕਰਿਆ ਕੋਈ? ਹਾਂਜੀ, ਸੁਜ਼ੂਕੀ ਵਾਲੀ ਗੱਡੀ ਸੀ। ਪਿੱਛਾ ਕਰਿਆ ਸੀ ਜੀ ਬੰਦੇ ਨੇ ਫਿਰ ਇਹ ਹੱਥ ਵੀ ਮਾਰਿਆ ਸੀ ਜੀ, ਇਹਦੇ ਥੋੜ੍ਹੀ ਜਿਹੀ ਚੋਟ ਪਹਿਲਾਂ ਸੀ ਜੀ ਲੱਗੀ ਹੋਈ, ਫਿਰ ਉਹਨੇ ਜਦੋਂ ਹੱਥ ਮਾਰਿਆ ਜੀ ਉਹ ਫਿਰ ਸੱਟ ਜ਼ਿਆਦਾ ਹੋ ਗਈ ਜੀ। ਹਾਂਜੀ, ਕੀ ਮੰਗ ਕਰਦੇ ਹੋ? ਮੰਗ ਤਾਂ ਕੁਛ ਨਹੀਂ ਜੀ, ਬੰਦਾ ਫੜਨਾ ਚਾਹੀਦਾ ਜੀ ਜੋ ਫਿਰ ਨੁਕਸਾਨ ਹੋਇਆ ਸਾਡਾ। ਤੁਸੀਂ ਦੇਖ ਲਿਆ ਮੁੰਡਾ ਕੌਣ ਸੀ? ਹਾਂਜੀ, ਫੋਟੋ ਹੈਗੀ ਹੈ ਸਾਡੇ ਕੋਲ ਜੀ ਉਹਦੀ, ਕੋਈ ਸੀਸੀਟੀਵੀ? ਸੀਸੀਟੀਵੀ ਫੁਟੇਜ 'ਚ ਫੋਟੋ ਵੀ ਹੈਗੀ ਹੈ ਜੀ, ਗੱਡੀ ਦਾ ਵੀ ਨੰਬਰ ਹੈ, ਟੈਂਪਰੇਰੀ ਨੰਬਰ ਸੀ ਜੀ, ਨਾਲੇ ਬੰਦੇ ਦੀ ਵੀ ਫੋਟੋ ਹੈ ਸਰ। ਕਿਹੜਾ ਏਰੀਆ ਪੈਂਦਾ ਇਹ? ਏਰੀਆ ਸਰ ਖਰੜ।